ਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਮਾੜੀ ਖਬਰ ਆ, ਇਸ ਦੇਸ਼ 'ਚੋਂ ਆ ਗਈ ਤੀਜੀ ਲਹਿਰ। ਇੱਕ ਹਫ਼ਤੇ 'ਚ ਹੋ ਗਈਆਂ 100 ਤੋਂ ਜ਼ਿਆਦਾ ਮੌਤਾਂ। ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਬੇਸ਼ੱਕ ਹੁਣ ਦੁਨੀਆ ਦੇ ਵਿੱਚ ਕਰੋਨਾ ਦੇ ਮਾਮਲੇ ਘੱਟ ਰਹੇ ਹਨ, ਕਰੋਨਾ ਮਹਾਂਮਾਰੀ ਦੀ ਚੈਨ ਭਾਵੇਂ ਟੁੱਟਦੀ ਨਜ਼ਰ ਆ ਰਹੀ ਆ, ਪਰ ਅਜੇ ਤੱਕ ਕਰੋਨਾ ਦਾ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ। ਇਹ ਅੱਜ ਵੀ ਸਾਡੇ ਸਾਰਿਆਂ ਦੇ ਉੱਪਰ ਮੰਡਰਾ ਰਿਹਾ। ਹੁਣ ਇੰਡੋਨੇਸ਼ੀਆ ਦੇ ਵਿੱਚ ਕਈ ਬੱਚਿਆਂ ਦੀ ਕਰੋਨਾ ਨਾਲ ਮੌਤ ਹੋ ਗਈ ਆ। ਮਰਨ ਵਾਲਿਆਂ ਦੇ ਵਿੱਚ 5 ਸਾਲ ਤੋਂ ਉਮਰ ਦੇ ਘੱਟ ਉਮਰ ਦੇ ਬੱਚੇ ਹਨ। ਸਿਰਫ ਅਤੇ ਸਿਰਫ ਇੱਕ ਹਫ਼ਤੇ ਦੇ ਵਿਚਕਾਰ ਹੀ 100 ਤੋਂ ਜ਼ਿਆਦਾ ਮਾਸੂਮ ਬੱਚਿਆਂ ਦੀ ਜਾਨ ਇਸ ਵਾਇਰਸ ਨੇ ਲੈ ਲਈ ਆ। ਸੋ ਮਹਾਂਮਾਰੀ ਨੇ ਫਿਲਹਾਲ ਕਰੋਨਾ ਪਾਬੰਦੀਆਂ ਦੇ ਲੋਕਾਂ ਨੂੰ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਆ, ਪਰ ਅਜੇ ਵੀ ਦੁਨੀਆ ਦੇ ਕੁਝ ਦੇਸ਼ ਹਨ ਜਿੱਥੇ ਤੀਜੀ ਲਹਿਰ ਦਾ ਖਤਰਾ ਪੈਦਾ ਹੋ ਗਿਆ ਹੈ। ਇੰਡੋਨੇਸ਼ੀਆ ਦੇ ਵਿੱਚ ਜਿੱਥੇ ਕਰੋਨਾ ਕਾਰਨ 100 ਤੋਂ ਜ਼ਿਆਦਾ ਮਾਸੂਮਾਂ ਦੀ ਜਾਨ ਚਲੀ ਗਈ ਆ। ਅੰਕੜੇ ਤੋਂ ਸਾਫ਼ ਪਤਾ ਲੱਗਦਾ ਕਿ ਇੰਡੋਨੇਸ਼ੀਆ ਵਿੱਚ ਕਰੋਨਾ ਦਾ ਕਹਿਰ ਇਸ ਸਮੇਂ ਸਿਖਰਾਂ 'ਤੇ ਹੈ। ਉਹ ਵੀ ਘਰਾਂ ਦੇ ਘਰ ਤਬਾਹ ਕਰਨ ਦੇ ਵਿੱਚ ਲੱਗਾ ਹੋਇਆ ਹੈ। ਇਹ ਜਾਣਕਾਰੀ ਕੱਲ੍ਹ ਸਾਹਮਣੇ ਆਈ ਆ, ਜਿਸ ਦੇ ਅਧੀਨ 1566 ਲੋਕਾਂ ਦੀ ਮੌਤ ਹੋਈ ਆ, ਜਿਨ੍ਹਾਂ ਦੇ ਵਿੱਚ 100 ਬੱਚੇ ਨੇ ਕਰੋਨਾ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ। ਇੰਡੋਨੇਸ਼ੀਆ ਵਿੱਚ 18 ਸਾਲ ਤੋਂ ਘੱਟ ਉਮਰ ਦੇ 1800 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਆ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਮੌਤਾਂ ਪਿਛਲੇ ਮਹੀਨੇ ਵਿੱਚ ਹੋਈਆਂ ਹਨ। ਸਿਰਫ 12 ਜੁਲਾਈ ਦੇ ਹਫ਼ਤੇ ਦੇ ਦੌਰਾਨ ਹੀ ਕਰੋਨਾ ਨਾਲ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਆ। ਲਗਭਗ ਅੱਧੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਨੇ। ਕੁੱਲ ਮਿਲਾ ਕੇ ਇੰਡੋਨੇਸ਼ੀਆ ਦੇ ਵਿੱਚ 3 ਲੱਖ ਤੋਂ ਵੱਧ ਮਾਮਲੇ ਨੇ ਅਤੇ 83,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਜਿਹੜਾ ਕਿ ਬਹੁਤ ਜ਼ਿਆਦਾ ਹਾਈ ਲੈਵਲ ਦਾ ਮਾਮਲਾ ਹੈ।